ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਵਿਨਾਸ਼ ਕੁਮਾਰ, ਤੁਸੀਂ ਦੇਖ ਰਹੇ ਇੰਡੀਆ ਨਿਊਜ਼। ਲਾਈਵ ਤਸਵੀਰਾਂ ਤੁਹਾਨੂੰ ਸਾਰੇ ਸ਼ੰਭੂ ਬਾਰਡਰ 'ਤੇ ਕਿ ਕਿਸ ਪ੍ਰਕਾਰ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਬੰਦੋਬਸਤ ਹੈ ਉਹ ਕੀਤਾ ਗਿਆ। ਵੱਡੀਆਂ ਵੱਡੀਆਂ ਦੀਵਾਰਾਂ ਬੈਰੀਗੇਡਿੰਗ ਜਿਹੜੀ ਹੈ ਪੂਰਾ ਏਰੀਆ ਜਿਹੜਾ ਹੈ ਸੀਲ ਕਰ ਦਿੱਤਾ ਗਿਆ। 13 ਤੋਂ ਪਹਿਲਾਂ ਹੀ ਜਿਹੜੀ ਪੁਲਿਸ ਵੱਲੋਂ ਬੰਦੋਬਸਤ ਕੀਤੇ ਗਏ, ਉਹਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਇੰਡੀਆ ਨਿਊਜ਼ 'ਤੇ ਕਿ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ। ਇੱਥੇ ਲੈਂਟਰ ਵੀ ਪਾਇਆ ਗਿਆ, ਵੱਡੀਆਂ ਵੱਡੀਆਂ ਦੀਵਾਰਾਂ ਜਿਹੜੀ ਤੁਸੀਂ ਆਹ ਦੇਖ ਰਹੇ ਮੇਰੇ ਕੋਲ, ਵੱਡੇ ਵੱਡੇ ਪੱਥਰ ਰੱਖ ਕੇ ਦੀਵਾਰਾਂ ਚੇਂਜ ਕੀਤੀਆਂ ਗਈਆਂ। ਦੂਜੇ ਪਾਸੇ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਹੈ ਉਹ ਵੀ ਇੱਥੇ ਪਹੁੰਚ ਰਹੇ ਵੱਡੀ ਗਿਣਤੀ 'ਚ, ਅਤੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਹਨਾਂ ਦੀਵਾਰਾਂ ਤੋਂ ਡਰਨ ਵਾਲੇ ਨਹੀਂ, ਭਾਵਾਂ ਹੀ ਪ੍ਰਸ਼ਾਸਨ ਪੁਲਿਸ ਜਿੰਨੇ ਮਰਜ਼ੀ ਬੰਦੋਬਸਤ ਕਰ ਲਏ, ਲੇਕਿਨ 13 ਤਾਰੀਖ ਦਾ ਜਿਹੜਾ ਐਲਾਨ ਕੀਤਾ ਗਿਆ ਕਿਸਾਨਾਂ ਵੱਲੋਂ ਦਿੱਲੀ ਕੂਚ ਤੋਂ ਦਿੱਲੀ ਜਾ ਕੇ ਹਟਣਗੇ, ਤਾਂ ਕਿਤੇ ਨਾ ਕਿਤੇ ਸਮਰਥਕਾਂ 'ਚ ਵੀ ਕਿਸਾਨਾਂ ਦੇ ਸਮਰਥਕਾਂ 'ਚ ਜਿਹੜੇ ਸਿੰਗਰ ਹੈ ਉਹ ਵੀ ਪਹੁੰਚ ਰਹੇ ਹੈ। ਸਿੰਗਰਾਂ ਦਾ ਵੀ ਕਹਿਣਾ ਹੈਗਾ ਕਿ ਪਹਿਲਾਂ ਵੀ ਕਿਸਾਨੀ ਅੰਦੋਲਨ 'ਚ ਅਸੀਂ ਸਪੋਰਟ ਦਿੱਤੀ, ਇਸ ਵਾਰੀ ਸਪੋਰਟ ਕਰਾਂਗੇ, ਲੇਕਿਨ ਹੱਥ ਜੋੜ ਕੇ ਅਪੀਲ ਵੀ ਜਿਹੜੇ ਸਿੰਗਰ ਕਰਦੇ ਨਜ਼ਰ ਆਏ, ਬੈਠ ਕੇ ਭਾਈਚਾਰੇ ਨਾਲ ਜਿਹੜਾ ਨਤੀਜਾ ਸਾਫ਼ ਤੌਰ 'ਤੇ ਸ਼ਾਂਤੀ ਨਾਲ ਨਿਬੜ ਸਕਦਾ ਉਹ ਨਿਬੇੜ ਲੈਣ। ਲੇਕਿਨ 13 ਤਾਰੀਖ ਦੀ ਜਿਹੜੀ ਕੌਲ ਹੈ, ਜੇਕਰ ਪ੍ਰਸ਼ਾਸਨ ਵੱਲੋਂ ਮੀਟਿੰਗਾਂ 'ਚ ਹੱਲ ਨਾ ਹੋਇਆ ਤਾਂ 13 ਤਾਰੀਖ ਦੀ ਜਿਹੜੀ ਕੌਲ ਹੈ ਦਿੱਲੀ ਪਹੁੰਚਣ ਦੇ ਲਈ, ਉਹ ਦਿੱਲੀ ਜ਼ਰੂਰ ਪਹੁੰਚਣਗੇ। ਉਸ ਤੋਂ ਪਹਿਲਾਂ ਜਿਹੜੀ ਪੂਰੀ ਸੜਕ ਤੁਹਾਨੂੰ ਦਿਖਾਵਾਂਗਾ ਕਿ ਪੂਰੀ ਦੀ ਪੂਰੀ ਜਿਹੜੀ ਸੜਕ ਹੈ ਇਹ ਖਾਲੀ ਪਈ ਹੈ, ਅਤੇ ਇੱਧਰ ਕਿਸਾਨ ਆਗੂ ਅਤੇ ਕਿਸਾਨਾਂ ਦੇ ਨਾਲ ਜਿਹੜੇ ਸਮਰਥਕ ਹੈ ਉਹ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਹੈ। ਦੀਵਾਰਾਂ ਹੀ ਭਲਾ ਹੀ ਪੂਰਾ ਏਰੀਆ ਜਿਹੜਾ ਪੰਜਾਬ 'ਚ ਜੋੜਨ ਵਾਲਾ ਸ਼ੰਭੂ ਬਾਰਡਰ 'ਤੇ ਉਹ ਏਰੀਆ ਪੂਰਾ ਇੱਥੇ ਜਿਹੜੀ ਆਉਣ ਜਾਣ ਦਾ ਜਿਹੜਾ ਰਸਤਾ ਹੈ ਬਿਲਕੁਲ ਠੱਪ ਕਰ ਦਿੱਤਾ ਗਿਆ। ਲੇਕਿਨ ਉਹਦੇ ਬਾਵਜੂਦ ਵੀ ਜਿਹੜਾ ਕਿਸਾਨ ਹੈਗੇ ਆ ਉਹਨਾਂ ਦੇ ਹੌਸਲੇ ਬੁਲੰਦ ਹੈ। ਕਿਸਾਨਾਂ ਦਾ ਕਹਿਣਾ ਕਿ ਇਹ ਦੀਵਾਰਾਂ ਤੋਂ ਅਸੀਂ ਡਰਨ ਵਾਲੇ ਨਹੀਂ ਹੈ, ਭਾਵਾਂ ਹੀ ਸਰਕਾਰਾਂ ਜਾਂ ਪ੍ਰਸ਼ਾਸਨ ਜਿੱਡੀਆਂ ਮਰਜ਼ੀ ਦੀਵਾਰਾਂ ਕਰ ਲੈਣ, ਇਹ ਦੀਵਾਰਾਂ ਅਸੀਂ ਫਲਾਂਗ ਜਾਂਗੇ, ਕਿਉਂਕਿ ਪਿਛਲੇ ਅੰਦੋਲਨ 'ਚ ਵੀ ਇਹ ਦੀਵਾਰਾਂ ਸਾਡਾ ਕੁਛ ਨਹੀਂ ਕਰ ਸਕੀਆਂ। ਦੀਵਾਰਾਂ ਫਲਾਂਗ ਕੇ ਜਿਹੜੀਆਂ ਆਪਦੀਆਂ ਮੰਗਾਂ ਹੈ ਅਸੀਂ ਪੂਰੀਆਂ ਕਰਾਈਆਂ ਸੀ, ਲੇਕਿਨ ਸਰਕਾਰ ਵੱਲੋਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਦੇ ਚੱਲਦੇ ਜਿਹੜੀ 13 ਤਾਰੀਖ ਦੀ ਕੌਲ ਦਿੱਤੀ ਗਈ ਹੈ ਉਹ 13 ਤਾਰੀਖ ਨਜ਼ਦੀਕ ਆ ਰਹੀ ਹੈ। 13 ਤਾਰੀਖ ਨੂੰ ਲੈ ਕੇ ਭਾਵਾਂ ਹੀ ਪ੍ਰਸ਼ਾਸਨ ਸਰਕਾਰਾਂ ਨੇ ਬੰਦੋਬਸਤ ਕੀਤੇ, ਲੇਕਿਨ ਕਿਸਾਨਾਂ ਦੇ ਹੌਸਲੇ ਹਲੇ ਵੀ ਬੁਲੰਦ ਹੈ। ਜੇਕਰ ਅੱਜ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਕਿਹਾ ਹੱਲ ਨਾ ਹੋਇਆ ਤਾਂ ਇਹ ਦੀਵਾਰਾਂ ਅਸੀਂ ਫਲਾਂਗ ਜਾਂਗੇ। ਸ਼ੰਭੂ ਤੋਂ ਕੈਮਰਾਮੈਨ ਆਸ਼ੂ ਦੇ ਨਾਲ ਅਵਿਨਾਸ਼ ਕੰਬੋਜ, ਇੰਡੀਆ ਨਿਊਜ਼ 8।